ਸੋ ਆ ਰਿਹਾ ਜੀ ਇਹ ਰੀਅਲ ਕਾਸਟਿਊਮ ਹੈਗਾ ਤੇ ਰੀਅਲ ਚ ਪਾ ਕੇ ਬੈਠੇ ਹੋਏ ਹੋ ਵਜ੍ਹਾ ਕੀ ਹੈ ਮੈਂ ਇੱਕ ਫਿਲਮ ਕਰਾਂ ਜੀ ਜਿਹਦਾ ਨਾਮ ਹੈਗਾ ਵੈਸਟਰਨ ਗਵਈਆ ਤੇ ਇਸ ਫਿਲਮ ਚ ਮੇਰੇ ਕੈਰੇਕਟਰ ਦਾ ਨਾਮ ਹੈ ਗੋਲਡਨ ਸਿੰਘ ਤੇ ਮੈਂ ਸੋਚਿਆ ਇਸ ਵਾਰੀ ਥੋੜੀ ਜੀ ਅਲੱਗ ਚੀਜ਼ ਕਰਾਂ ਵੱਖਰੀ ਚੀਜ਼ ਕਰਾਂ ਤੇ ਮੈਂ ਸੋਚਿਆ ਕਿ ਇਸ ਕੈਰੇਕਟਰ ਨੂੰ ਕਿਸ ਤਰੀਕੇ ਨਾਲ ਹੋਰ ਗੋਲਡਨ ਸਿੰਘ ਬਣਾਵਾਂ ਤੇ ਅਸੀਂ ਇੱਕ ਲੁੱਕ ਬਣਾਈ ਇਹਦੀ ਗਾਣਾ ਆਉਂਦਾ ਵੀ ਆ ਫਿਲਮ 'ਚ ਕਿ ਵੈਸੀ ਨਹੀਂ ਸਰ ਉਹੀ ਕੈਰੇਕਟਰ ਹੈ ਕਿ ਬੇਸਿਕਲੀ ਇੱਕ ਫਰਜ਼ੀ ਸਿੰਗਰ ਹੈ ਉਹਨੂੰ ਸਿੰਗਿੰਗ ਵਗੈਰਾ ਕੁਝ ਆਉਂਦੀ ਨਹੀਂ ਹੈ ਇਸ ਤੋਂ ਪਹਿਲਾਂ ਹਾਲ ਹੀ ਤੁਸੀਂ ਟੀਚਰ ਜੀ ਦੀ ਸ਼ੂਟਿੰਗ ਕੰਪਲੀਟ ਕਰਕੇ ਹਟੇ ਹੋ ਜੱਟੀ 15 ਮੁਰੱਬੇ ਵਾਲੀ ਸ਼ੂਟਿੰਗ ਕੰਪਲੀਟ ਹੋਈ ਹੈ ਉਹ ਵੀ ਕਦੋਂ ਆ ਜਾਣਗੀਆਂ ਫਿਰ ਸਿਨੇਮਾ ਘਰ ਮੈਨੂੰ ਲੱਗਦਾ ਜੀ ਸਭ ਤੋਂ ਪਹਿਲਾਂ ਤਾਂ ਟੀਚਰ ਜੀ ਆਉਣ ਵਾਲੀ ਹੈ ਯਾਰ ਉਹਨੂੰ ਲੈ ਥੀ ਆਈ ਸੀ ਨੇੜੇ ਯੁਵਰਾਜ ਉਹਦੇ 'ਚ ਰਿਪੀਟ ਹੋਈ ਸੀ ਉਹ ਪਿਛਲੇ ਵੀ ਕੁਝ ਨਹੀਂ ਕਰ ਪਾਈ ਹੈ ਕਿ ਤੁਹਾਨੂੰ ਇਹਨਾਂ 'ਚ ਕੋਈ ਆਫਰ ਨਹੀਂ ਹੋਈ ਸੀ 2 ਜਾਂ 3 ਜੀ ਮੈਨੂੰ 3 ਆਫਰ ਹੋਈ ਸੀ ਜੀ 3 ਆਫਰ ਹਾਂਜੀ ਫਿਰ ਕੀਤੀ ਨਹੀਂ ਤੁਸੀਂ ਹਾਂਜੀ ਮੈਂ ਸਭ ਤੋਂ ਕਿਹਾ ਜੇ ਤੁਹਾਨੂੰ ਰੋਲ ਮਿਲਦਾ ਸ਼ਾਇਦ ਪ੍ਰਭ ਗਿੱਲ ਵਾਲਾ ਜਿਹੜਾ ਉਹਨੇ ਤੁਹਾਡਾ ਵਨ ਵਾਲਾ ਨਿਭਾਇਆ ਸ਼ਾਇਦ ਉਹ ਲੱਗਦਾ ਸੀ ਕਿ ਪ੍ਰਭ ਗਿੱਲ ਨੂੰ ਲੈ ਕੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਭ ਗਿੱਲ ਨੇ ਉਹ ਰੋਲ ਕੀਤਾ ਤੇ ਮੈਂ ਫਿਲਮ ਨਹੀਂ ਵੇਖੀ ਪਰ ਜੋ ਵੀ ਮੈਂ ਸੁਣਿਆ ਸੀ ਮੈਨੂੰ ਲੱਗਿਆ ਪ੍ਰਭ ਨੇ ਵਧੀਆ ਕੰਮ ਕੀਤਾ ਸੀ ਉਸ ਫਿਲਮ 'ਚ ਸਤਿ ਸ਼੍ਰੀ ਅਕਾਲ ਸਕਰੋਲ ਪੰਜਾਬ ਦੇਖੇ ਦਰਸ਼ਕਾਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹੈ ਸੋ ਇੱਕ ਤੁਹਾਨੂੰ ਮੈਂ ਕਹਾਂਗਾ ਇੱਕ ਗੋਲਡਨ ਕੋਟ ਨਜ਼ਰ ਆ ਰਿਹਾ ਗੋਲਡਨ ਬੂਟ ਨਜ਼ਰ ਆ ਰਹੇ ਨੇ ਚਿਹਰਾ ਤੁਸੀਂ ਪਹਿਚਾਣ ਗਏ ਹੋਵੋਗੇ ਦੱਸਣ ਦੀ ਲੋੜ ਨਹੀਂ ਆ ਰਿਹਾ ਬਾਬਰ ਮੇਰੇ ਨਾਲ ਬੈਠੇ ਹੋਏ ਨੇ ਸੋ ਆ ਰਿਹਾ ਜੀ ਇਹ ਰੀਅਲ ਕਾਸਟਿਊਮ ਹੈਗਾ ਅਤੇ ਰੀਅਲ 'ਚ ਪਾ ਕੇ ਬੈਠੇ ਹੋਏ ਹੋ ਵਜ੍ਹਾ ਕੀ ਹੈ ਆ ਵਜ੍ਹਾ ਇਹ ਹੈ ਸਰ ਕਿ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਮੈਂ ਇੱਕ ਫਿਲਮ ਕਰਾਂ ਜੀ ਜਿਹਦਾ ਨਾਂ ਹੈਗਾ ਵੈਸਟਰਨ ਗਵਈਆ ਅਤੇ ਇਸ ਫਿਲਮ 'ਚ ਮੇਰੇ ਕੈਰੇਕਟਰ ਦਾ ਨਾਂ ਹੈ ਗੋਲਡਨ ਸਿੰਘ ਅਤੇ ਮੈਂ ਸੋਚਿਆ ਇਸ ਵਾਰੀ ਥੋੜ੍ਹੀ ਜਿਹੀ ਅਲੱਗ ਚੀਜ਼ ਕਰਾਂ ਥੋੜ੍ਹੀ ਵੱਖਰੀ ਚੀਜ਼ ਕਰਾਂ ਅਤੇ ਡਾਇਰੈਕਟਰ ਦੇ ਨਾਲ ਰਾਈਟਰ ਦੇ ਨਾਲ ਮੈਂ ਗੱਲ ਕੀਤੀ ਅਤੇ ਮੈਂ ਸੋਚਿਆ ਕਿ ਇਸ ਕੈਰੇਕਟਰ ਨੂੰ ਕਿਸ ਤਰੀਕੇ ਨਾਲ ਹੋਰ ਗੋਲਡਨ ਸਿੰਘ ਬਣਾਵਾਂ ਅਤੇ ਅਸੀਂ ਇੱਕ ਲੁੱਕ ਬਣਾਈ ਇਹਦੀ ਅਤੇ ਉਹ ਬਣਾ ਕੇ ਮੈਂ ਆ ਗਿਆ ਤੁਹਾਡੇ ਸਾਹਮਣੇ ਗਾਣਾ ਆਉਂਦਾ ਵੀ ਆ ਫਿਲਮ 'ਚ ਕਿ ਵੈਸੀ ਨਹੀਂ ਸਰ ਉਹੀ ਕੈਰੇਕਟਰ ਹੈ ਕਿ ਬੇਸਿਕਲੀ ਇੱਕ ਫਰਜ਼ੀ ਸਿੰਗਰ ਹੈ ਉਹਨੂੰ ਸਿੰਗਿੰਗ ਵਗੈਰਾ ਕੁਝ ਆਉਂਦੀ ਨਹੀਂ ਹੈ ਬਟ ਇੰਟਰਨੈਸ਼ਨਲੀ ਇਹ ਸੁਪਰ ਸਟਾਰ ਬਣ ਗਿਆ ਅਤੇ ਹੁਣ ਜੋ ਹੈ ਆਪਣਾ ਮਾਹੌਲ ਬਣਾ ਕੇ ਘੁੰਮ ਰਿਹਾ ਬਸ ਅਤੇ ਸਿੰਗਿੰਗ ਵਿੰਗਿੰਗ ਕਰਕੇ ਜੋ ਹੈ ਕੰਪਿਊਟਰਾਈਜ਼ਡ ਉਹਦਾ ਸੁਰ ਵਗੈਰਾ ਜੋ ਹੈ ਨਾ ਠੀਕ ਕਰ ਲੈਂਦਾ ਬਸ ਉਹ ਕਹਾਣੀ ਹੈ ਅਤੇ ਉਹਦੇ ਬਾਅਦ ਉਹਦੇ ਨਾਲ ਕੀ ਆਉਂਦਾ ਇਸ ਤੋਂ ਪਹਿਲਾਂ ਹਾਲ ਹੀ ਤੁਸੀਂ ਟੀਚਰ ਜੀ ਦੀ ਸ਼ੂਟਿੰਗ ਕੰਪਲੀਟ ਕਰਕੇ ਹਟੇ ਹੋ ਜੱਟੀ 15 ਮੁਰੱਬੇ ਵਾਲੀ ਸ਼ੂਟਿੰਗ ਕੰਪਲੀਟ ਹੋਈ ਹੈ ਉਹ ਵੀ ਕਦੋਂ ਆ ਜਾਣਗੀਆਂ ਫਿਰ ਸਿਨੇਮਾ ਘਰ ਮੈਨੂੰ ਲੱਗਦਾ ਜੀ ਸਭ ਤੋਂ ਪਹਿਲਾਂ ਤਾਂ ਟੀਚਰ ਜੀ ਆਉਣ ਵਾਲੀ ਹੈ ਐਂਡ ਉਹ ਇੱਕ ਕਾਮੇਡੀ ਫਿਲਮ ਆ ਐਂਡ ਬਟ ਕਾਮੇਡੀ ਦੇ ਨਾਲ ਬਹੁਤ ਵਧੀਆ ਮੈਸੇਜ ਵੀ ਹੈ ਉਸ ਫਿਲਮ ਦਾ ਬਟ ਜਦੋਂ ਉਸ ਫਿਲਮ ਦੀ ਗੱਲਾਂ ਪ੍ਰੋਪਰਲੀ ਸ਼ੁਰੂ ਹੋਵੇਗੀ ਮੈਨੂੰ ਲੱਗਦਾ ਉਸ ਵੇਲੇ ਕਰਨੀ ਚਾਹੀਦੀਆਂ ਉਸ ਤੋਂ ਬਾਅਦ ਮੈਂ ਇੱਕ ਫਿਲਮ ਕੀਤੀ ਹੈ ਆਪਣੀ ਜੱਟੀ 15 ਮੁਰੱਬਿਆਂ ਵਾਲੀ ਇਹ ਪਹਿਲੀ ਵਾਰੀ ਹੈ ਕਿ ਮੈਂ ਨੈਗੇਟਿਵ ਕਰ ਰਿਹਾ ਨੈਗੇਟਿਵ ਲੀਡ ਅਤੇ ਰੱਬ ਨੇ ਮੈਨੂੰ ਮੌਕਾ ਦਿੱਤਾ ਪੱਗ ਪਹਿਣਾ ਜੀ ਇਸ ਫਿਲਮ 'ਚ ਪਹਿਲੀ ਵਾਰੀ ਤਾਂ ਆਈ ਐਮ ਵੈਰੀ ਵੈਰੀ ਐਕਸਾਈਟਡ ਅਬਾਊਟ ਇਟ ਇਟਸ ਅ ਵੈਰੀ ਡਿਫਰੈਂਟ ਲੁੱਕ ਡਿਫਰੈਂਟ ਫਿਲਮ ਫੋਰ ਮੀ ਅਤੇ ਹੁਣ ਇਹ ਫਿਲਮ ਮੈਂ ਕਰ ਰਿਹਾ ਵੈਸਟਰਨ ਗਵਈਆ ਮੇਰੀ ਕੋਸ਼ਿਸ਼ ਹੈ ਇਸ ਫਿਲਮ ਨੂੰ ਵੀ ਇੱਕ ਅਲੱਗ ਲੁੱਕ ਇੱਕ ਅਲੱਗ ਸਟਾਈਲ ਇੱਕ ਅਲੱਗ ਬਾਡੀ ਲੈਂਗੁਏਜ ਦੇ ਤਰੀਕੇ ਨਾਲ ਮੈਂ ਆਡੀਅੰਸ ਦੇ ਸਾਹਮਣੇ ਪੇਸ਼ ਕਰਾਂ ਸੋ ਆ ਰਿਹਾ ਜਦੋਂ ਵੀ ਗੱਲ ਆ ਰਿਹਾ ਬੱਬਰ ਦੀ ਕਿਤੇ ਚੱਲਦੀ ਹੈ ਤਾਂ ਹਮੇਸ਼ਾ ਜ਼ਿਕਰ ਹੁੰਦਾ ਯਾਰ ਅਣਮੁੱਲੇ ਵੰਦਾ ਤਾਂ ਹੁੰਦਾ ਹੀ ਹੁੰਦਾ ਇੱਕ ਚੰਗੀ ਬੜੀ ਹਿੱਟ ਮੂਵੀ ਗਈ ਸੀਗੀ ਯਾਰ ਅਣਮੁੱਲੇ 2 ਆਈ ਸਰਬਜੀਤ ਚੀਮਾ ਦੀ ਕੁਛ ਨਹੀਂ ਕਰ ਪਾਈ ਯਾਰ ਅਣਮੁੱਲੇ 3 ਆਈ ਸੀ ਨੇੜੇ ਯੁਵਰਾਜ ਉਹਦੇ 'ਚ ਰਿਪੀਟ ਹੋਈ ਸੀ ਉਹ ਪਿਛਲੇ ਵੀ ਕੁਝ ਨਹੀਂ ਕਰ ਪਾਈਆਂ ਕਿ ਤੁਹਾਨੂੰ ਇਹਨਾਂ 'ਚ ਕੋਈ ਆਫਰ ਨਹੀਂ ਹੋਈ ਸੀ 2 ਜਾਂ 3 ਜੀ ਮੈਨੂੰ 3 ਆਫਰ ਹੋਈ ਸੀ ਜੀ 3 ਆਫਰ ਹੋਈ ਸੀ ਹਾਂਜੀ ਫਿਰ ਕੀਤੀ ਨਹੀਂ ਤੁਸੀਂ ਹਾਂਜੀ ਮੈਂ ਨਹੀਂ ਕੀਤੀ ਵਜ੍ਹਾ ਜੀ ਵਜ੍ਹਾ ਬੜੀ ਸਿੰਪਲ ਸੀ ਜਦੋਂ ਉਹ ਫਿਲਮ ਮੈਨੂੰ ਆਫਰ ਹੋਈ ਸੀ ਮੈਂ ਮੇਰੇ ਖਿਆਲ 'ਚ ਤੁਹਾਨੂੰ ਰੋਲ ਮਿਲਦਾ ਸ਼ਾਇਦ ਪ੍ਰਭ ਗਿੱਲ ਵਾਲਾ ਜਿਹੜਾ ਉਹਨੇ ਤੁਹਾਡਾ ਵਨ ਵਾਲਾ ਨਿਭਾਇਆ ਸ਼ਾਇਦ ਉਹ ਲੱਗਦਾ ਸੀ ਵੀ ਪ੍ਰਭ ਗਿੱਲ ਨੂੰ ਲੈ ਕੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਭ ਗਿੱਲ ਨੇ ਉਹ ਰੋਲ ਕੀਤਾ ਅਤੇ ਮੈਂ ਫਿਲਮ ਨਹੀਂ ਵੇਖੀ ਪਰ ਜੋ ਵੀ ਮੈਂ ਸੁਣਿਆ ਸੀ ਮੈਨੂੰ ਲੱਗਿਆ ਪ੍ਰਭ ਨੇ ਵਧੀਆ ਕੰਮ ਕੀਤਾ ਸੀ ਉਸ ਫਿਲਮ 'ਚ ਐਂ ਲੱਗਦਾ ਵੀ ਜੋ 1 'ਚ ਤੁਸੀਂ ਕਰੈਕਟਰ ਕੀਤਾ ਸੀ ਉਹ 3 'ਚ ਉਹਨੇ ਕੀਤਾ ਸਰ ਉਹੀ ਹੋਵੇਗਾ ਨਾ ਕੈਰੈਕਟਰ ਹੀ ਉਹੀ ਸੀ ਅਤੇ ਪ੍ਰਭ ਵੀ ਕੀ ਕਰੇਗਾ ਉਹੀ ਕਰੇਗਾ ਜੋ ਗੁਰੂ ਦਾ ਕੈਰੈਕਟਰ ਸੀ ਹਾਂ ਬਟ ਜਿੱਥੇ ਤੱਕ ਮੈਨੂੰ ਲੱਗਦਾ ਮੈਂ ਇਸ ਕਰਕੇ ਫਿਲਮ ਨਹੀਂ ਕੀਤੀ ਕਿਉਂਕਿ ਮੇਰੀ ਖੁਆਇਸ਼ ਸੀ ਕਿ ਉਹ ਜਦੋਂ ਤੁਸੀਂ ਰਿਪੀਟ ਕਰ ਰਹੇ ਹੋ ਫਿਲਮ ਦੀ ਰੂਹ ਜੋ ਸੀ ਨਾ ਸਰ ਉਹ ਫਿਲਮ ਦੀ ਰੂਹ ਸੀ ਉਹਦਾ ਡੈਸਪਰੇਸ਼ਨ ਜੀ ਓਨੈਸਟਲੀ ਸਪੀਕਿੰਗ ਉਹ ਫਿਲਮ ਦੀ ਰੂਹ ਸੀ ਉਹਦਾ ਡੈਸਪਰੇਸ਼ਨ ਉਹਦਾ ਡਾਇਰੈਕਟਰ ਉਹਦੀ ਪੂਰੀ ਟੀਮ ਅਤੇ ਅਨੁਰਾਗ ਸਿੰਘ ਜੋ ਹੈ ਉਹਦੀ ਰੂਹ ਦੇ ਕਰਕੇ ਉਹ ਫਿਲਮ ਬਣੀ ਆ ਅਤੇ ਮੈਂ ਮੇਰੀ ਇੱਕੋ ਹੀ ਗੱਲ ਸੀ ਬਸ ਉਹ ਰੂਹ ਨਹੀਂ ਮਿਸ ਹੋਣੀ ਚਾਹੀਦੀ ਮੈਂ ਕੌਨਫੀਡੈਂਟ ਨਹੀਂ ਫੀਲ ਕਰ ਰਿਹਾ ਸੀ ਬਟ ਆਈ ਵਿਸ਼ ਦੈਮ ਦਾ ਬੈਸਟ ਐਂਡ ਆਈ ਥਿੰਕ ਇਟ ਵਾਸ ਅ ਗੁੱਡ ਸਕ੍ਰਿਪਟ ਕਦੇ ਕਦੇ ਫਿਲਮ ਨਹੀਂ ਚੱਲਦੀ ਮੈਨੂੰ ਤਸੱਲੀ ਨਹੀਂ ਹੋ ਰਹੀ ਸੀ ਮਤਲਬ ਕਹਿ ਲਓ ਹਾਂ ਮੈਨੂੰ ਨਹੀਂ ਹੋਈ ਬਟ ਆਈ ਵਿਸ਼ ਦੈਮ ਦਾ ਬੈਸਟ ਐਂਡ ਆਈ ਥਿੰਕ ਇਟ ਵਾਸ ਅ ਡੀਸੈਂਟ ਫਿਲਮ
अच्छा अज कल फादर साहब पूनम ढिल्लों ते लैन मारते नजर आ रहे हो, उम्र उम्र च की रखा उहदे बारे की कहने हो? हाँ यह गल तो सही है, तो फिल्म चौपाल टीवी ते काफ़ी ज़्यादा वधिया रिस्पोंस मिले फिल्म नू, ते उस तो बाद मैं लगता डैड होर भी कोई प्रोजेक्ट कर रहे हैं पूनम जी के नाल, एक होर हॉटस्टार का भी प्रोजेक्ट किया है, तो तीजा भी कुछ करने वाले से, तो मैं डैड नू एक दिन कह रहा था कि डैड खड़ भी जाओ हूँ किन्ने प्रोजेक्ट्स करोगे पूनम आंटी के नाल, तो वो माहौल चल रहा है कार दे विच, बट दैट्स देयर, बट आई एम रियली हैप्पी दैट डैड का पूरा फोकस शिफ्ट होया हूँ फ्रॉम पॉलिटिक्स बैक टू फिल्म बैक टू वर्क बैक टू एक्टिंग, जिथे उन्होंने सब तो ज़्यादा खुशी मिलती है। सो आ रहे जो भी पंजाबी दी टॉप ब्लॉकबस्टर पिक्चर की गल हों, लौंग का लिशकारा का जिक्र करना हो, चन्न परदेसी का जिक्र करना हो, मड़ी का दीवे का जिक्र करना हो, तुम भी देखे होने तीनों पिक्चर, सो 40 साल बाद दोबारा ऑन स्क्रीन आ रही है चन्न परदेसी, बहुत जनरेशन को पता भी नहीं होएगा। मई 20th नू है जी, मैं बहुत एक्साइटेड है जी। मैं वो जी पिक्चर भी नहीं बन पाई मुड़ के सर, मैं कह रहा ना तुहानू जदों यह फिल्म बनती है ना, यह फिल्म की अपनी एक रॉ एनर्जी होंगी, एक रूह होंगी है जो उस वेले हो जाती है। उस वेले जदों वो फिल्म बन रही थी, राज बब्बर साहब हैड नॉट बिकम राज बब्बर साहब, द लेजेंड नहीं बने से, यू नो कोई भी मैनू नहीं लगता अमरीश पुरी साहब होवे, ओम पुरी साहब होवे, सभी मतलब नवे सी, जिवें तुसी यार अनमुल्ले वेख लो या कोई भी होर फिल्म देख लो जिदे बारे तुसी गल करदे हो, वो जो रॉ एनर्जी होंदी है, वो जो रूह होंदी है ना, वो डेस्परेशन दी, वो कदे कदे कुछ मतलब मेरे आर्टिस्ट नवे ते पहली पिक्चर ही नेशनल अवार्ड ले जांदी है। हां वो पहली पंजाबी फिल्म सी जिनू नेशनल अवार्ड मिलिया सी, राइट। हां की कहना चाहोगे पंजाबी दर्शकों को दोबारा देखने जान स्क्रीन ते आ रही है हुण? मैनू तो लगता है मैनू कहने की कोई लोड़ ही नहीं है, साड़ी पंजाबी इंडस्ट्री दी पंजाबी ऑडियंस जो आज है वो वधिया फिल्मों नू सपोर्ट करती है, तुसीं आप वेख सकते हो आज सोशल ड्रामा होवे, कॉमेडी होवे, एक्शन होवे, अपनी ऑडियंस आज एक्साइटेड है नवी सब्जेक्ट्स नू, नवे कॉन्सेप्ट्स नू एक्सेप्ट करन लई, ते मैनू लगता जरूर जावांगे, ते मैं जरूर दरख्वास्त करदा प्लीज़ तुसीं सारे जाओ ते फिल्म वेखो, मई 20 नू आ रही है। बॉलीवुड चुन कुछ कर रहे हो प्रोजेक्ट? हाँ जी मैं कर रहा हूँ, मेरे बेसिकली एक हॉटस्टार का प्रोजेक्ट चल रहा है एंड उन्हें बस मैं ख़त्म कर रहा हूँ आजकल एक वैब सीरीज जी। सो आर एफ बब्बर ने दसाया कि उन्होंने आने वाली पिक्चर वैसटन गवैया के गोल्डन सिंह के करैक्टर के नज़र आएंगे, इस तो अलावा उन्होंने गल्लां कीतियां कि फादर साहब मुड़ राजनीति तो सिनेमा के वल जिहड़ा हैगे ने सक्रिय हो गए ने, तो बैक टू बैक फादर साहब की भी कई पिक्चर खासकर पूनम ढिल्लों नाल ही आ रही ने, सो किदां राज बब्बर ते आर एफ बब्बर प्यो पुत्र की जोड़ी है पंजाबी दर्शकों का मनोरंजन करती है, इन्हां दी पिक्चर यह दस ही देणगियां। विजय प्रदीप के नाल बलजीत मरवाहा, सक्रोल पंजाब, चंडीगढ़।